ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਹਨਾਂ ਦੇ ਮਾਤਾ ਜੀ ਮਾਤਾ ਪਰਮਿੰਦਰ ਕੌਰ ਜੋ ਕਿ ਅਕਾਲ ਚਲਾਣਾ ਕਰ ਗਏ ਸੀ ਤਾਂ ਕੱਲ ਉਹਨਾਂ ਦੇ ਫੁੱਲ ਦੱਬ ਕੇ ਸੰਗਤਾਂ ਵੱਲੋਂ ਇੱਕ ਬੋੜ ਦਾ ਦਰਖਤ ਲਗਾਇਆ ਗਿਆ ਏਸੀ ਰਸਮ ਨੂੰ ਅਦਾ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਭਾਵਕ ਵੀ ਨਜ਼ਰ ਆਏ ਤੇ ਕੁਝ ਲੋਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਭਾਈ ਰਣਜੀਤ ਸਿੰਘ ਤੇ ਤੰਜ ਕਸੇ ਜਾ ਰਹੇ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਸਿੱਧੂ ਮਨਦੀਪ ਸਿੰਘ ਕਹਿੰਦੇ ਆ ਪੁਜਾਰੀਵਾਦ ਕੀ ਆਪ ਅਗਰੇਡੋ ਤੁਸੀਂ ਪਰੰਪਰਾਵਾਂ ਤੇ ਮਨੌਤਾਂ ਕਿਸ ਨੂੰ ਕਹਿੰਦੇ ਹੋ ਜਿਹੜੀਆਂ ਪਰੰਪਰਾਵਾਂ ਤੇ ਮਨੌਤਾਂ ਦਾ ਢੰਡੋਰਾ ਪਿੱਟਦੇ ਹੋ ਜਦੋਂ ਤੁਹਾਡੇ ਆਪਣੇ ਤੇ ਬੀਤਦੀ ਆ ਤਾਂ ਤੁਸੀਂ ਵੀ ਮਨੌਤੀ ਲੋਕਾਂ ਵਾਂਗ ਸਾਰੀਆਂ ਹੀ ਨਿਵਾਉਂਦੇ ਹੋ ਫਿਰ ਵੱਖਰੇ ਹੋਣ ਦਾ ਰੌਲਾ ਤੁਹਾਡਾ ਸਾਰਾ ਟਕਣਾ ਦਾ ਹੀ ਹੋਇਆ ਡਰਾਮੇਬਾਜ਼ੀ ਨਾਨਕ ਦੇ ਜਾਰ ਦੀ ਕਿਉਂ ਕਰਦੇ ਹੋ ਅਗਲੀ ਪੋਸਟ ਵਿੱਚ ਰਾਜਵੀਰ ਸਿੰਘ ਕਹਿੰਦੇ ਆ ਕਿ ਇਹ ਪੁਜਾਰੀ ਦੀ ਦੇਣ ਨਹੀਂ ਫੁੱਲ ਚੁਗਣੇ ਪੁਜਾਰੀ ਦੀਆਂ ਪਰੰਪਰਾਵਾਂ ਨੂੰ ਇਲਜ਼ਾਮ ਦਿੰਦੇ ਹੋਏ ਅਗਾਹ ਵਧੂ ਅਪਗ੍ਰੇਡਾਂ ਦੇ ਪੂਜੇ ਪਿਤਾਟਰ ਡਰਿੰਗਾ ਵਾਲੇ ਤਾਂ ਏਸੀ ਪੋਸਟ ਤੇ ਵੱਖ-ਵੱਖ ਲੋਕਾਂ ਵੱਲੋਂ ਕਮੈਂਟ ਕੀਤੇ ਨੇ ਜਿਦੇ ਵਿੱਚ ਇਕਬਾਲ ਸਿੰਘ ਕਹਿੰਦੇ ਆ ਇਹ ਸਿਰਫ ਝਾੜੂ ਪਾਰਟੀ ਵਾਂਗ ਮਸ਼ਹੂਰੀ ਕਰਦੇ ਹਨ ਅਮਲ ਨਹੀਂ ਕਰਦੇ ਮਨੋਰ ਸਿੰਘ ਜੋਧਪੂਰੀ ਕਹਿੰਦੇ ਆ ਹੈਰਾਨੀ ਦੀ ਗੱਲ ਗੱਲਾਂ ਵੱਡੀਆਂ ਕੰਮ ਛੋਟੇ ਤਾਂ ਫੁੱਲ ਇੱਕ ਆਮ ਇਨਸਾਨ ਸਮਝਦਾਰ ਬੰਦਾ ਰਹਿਤ ਮर्यादा ਤੇ ਪਹਿਰਾ ਦੇਣ ਵਾਲਾ ਵੀ ਨਹੀਂ ਚੁਗਦਾ ਮਨਜੀਤ ਸਿੰਘ ਕਹਿੰਦੇ ਆ ਗੁਰਮਤ ਵਿੱਚ ਫੁੱਲ ਚੁਗਣ ਦਾ ਕੋਈ ਸੰਸਕਾਰ ਨਹੀਂ ਸਗੋਂ ਅਗੀਠਾ ਸਮੇਟਣ ਦੀ ਕਿਰਿਆ ਹੈ ਜੀ ਜਸਵੀਰ ਸਿੰਘ ਕਹਿੰਦੇ ਆ ਗਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਤਾਂ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਜੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਜੋ ਵੀਡੀਓਜ਼ ਉਹਨਾਂ ਦੇ ਚੈਨਲ ਤੇ ਅਪਲੋਡ ਹੋਈਆਂ ਨੇ ਉਹਨਾਂ ਨੂੰ ਸ਼ੇਅਰ ਕੀਤਾ ਇਹਨਾਂ ਵੀਡੀਓਜ਼ ਦੇ ਪੋਸਟਾਂ ਦੇ ਸੰਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ